ਸ਼ਾਕੋਟ ਦੇ ਪੀੜਾ ਬਾਜ਼ਾਰ 'ਚ ਬੀਤੀ ਰਾਤ ਕਰੀਬ 8:30 ਵਜੇ ਚਾਚੇ ਤਾਏ ਦੇ ਪੁੱਤਰਾਂ ਵਿੱਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਖੂਨੀ ਟਕਰਾਅ 'ਚ ਦੋ ਔਰਤਾਂ ਤੇ ਦੋ ਨੌਜਵਾਨ ਸਮੇਤ ਕੁੱਲ 4 ਲੋਕ ਗੰਭੀਰ ਜ਼ਖਮੀ ਹੋਏ ਹਨ। ਝਗੜੇ 'ਚ ਗੰਭੀਰ ਜ਼ਖਮੀ ਹੋਏ ਨੌਜਵਾਨ ਹੇਮੰਤ ਵਢੈਰਾ ਉਰਫ ਚੀਨੂ ਪੁੱਤਰ ਸੁਭਾਸ਼ ਚੰਦਰ ਨੇ ਦੱਸਿਆ ਕਿ ਮੈਂ ਘਰ ਦੇ ਨੇੜੇ ਖੜਾ ਸੀ ਕਿ ਰਾਮ ਵਢੈਰਾ ਅਤੇ ਪ੍ਰਿੰਸ ਵਢੈਰਾ ਦੋਵੇਂ ਪੁੱਤਰ ਭੀਮ ਸੈਨ ਵਢੇਰਾ ਨੇ ਉਹਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕੁੜੀ ਨੇ ਵਿਆਹ ਕਰਾਇਆ ਸੀਗਾ। ਅੱਛਾ ਜੀ। ਤੇ ਉਸ ਬੰਦੀ ਉਹਨਾਂ ਨੇ ਮੇਰੇ ਦਾਤ ਮਾਰੇ ਸੀਗੇ। ਡਾਈਵੋਰਸ ਵੀ ਹੁੰਦਾ ਪਿਆ ਵਾ ਉਹਨਾਂ ਨੇ ਮੇਰੇ ਘਰਾਂ ਮੋਹਰੇ ਆ ਕੇ ਭੀਮੇ ਦੇ ਭੀਮੇ ਦੀ ਜਨਾਨੀ ਨੇ ਮੈਨੂੰ ਘੇਰਿਆ ਪਹਿਲਾਂ ਉਹਨਾਂ ਨੇ ਬੁੱਢੇ ਆ ਕੇ ਮੇਰੇ ਦਾਤ ਮਾਰੇ। ਇਸ ਦੌਰਾਨ ਛੁਡਵਾਉਣ ਆਈ ਉਹਨਾਂ ਦੀ ਮਾਂ ਅਤੇ ਪਤਨੀ ਨੂੰ ਵੀ ਘਾਇਲ ਕਰ ਦਿੱਤਾ ਗਿਆ। ਉੱਧਰ ਦੂਜੇ ਪਾਸੇ ਹਸਪਤਾਲ 'ਚ ਜੇਰੇ ਇਲਾਜ ਰਾਮ ਵਢੈਰਾ ਨੇ ਦੱਸਿਆ ਕਿ ਉਹ ਦੁਕਾਨ ਵਧਾ ਕੇ ਘਰ ਜਾ ਰਹੇ ਸਨ ਕਿ ਇਸ ਦੌਰਾਨ ਹੇਮੰਤ ਵਢੇਰਾ ਨੇ 7-8 ਲੜਕਿਆਂ ਦੇ ਨਾਲ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾਕਟਰ ਰਜਿੰਦਰ ਗਿੱਲ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਕੇ ਦੀਆਂ ਚੀਕਾਂ ਦੀ ਆਵਾਜ਼ ਆਈ ਆ, ਮੈਂ ਥੱਲੇ ਉਤਰੀ, ਵੇਖਿਆ ਭੀਮਾ ਭੀਮੇ ਦੇ ਮੁੰਡੇ ਦੋਨੇ, ਭੀਮੇ ਦੀ ਮੋਟੀ ਭੀਮੇ ਦੀ ਗੁੜੀ, ਇਹਨੂੰ ਲੰਮੇ ਪਾਇਆ ਅਤੇ ਉਹ ਲੰਬੀਆਂ ਜਿਹੀਆਂ ਡਾਂਗਾਂ ਨਾਲ ਦੋਨੇ ਮੁੰਡੇ ਆਏ ਕੁੱਟਣ। ਜਦ ਮੈਂ ਮੁੰਡਾ ਬਚਾਉਣ ਲੱਗੀ ਉਹਨਾਂ ਨੇ ਮੇਰਾ ਵੀ ਮਾਂ ਛੱਡੀਆਂ। ਮੈਂ ਤਾਂ ਪਤਾ ਨਹੀਂ ਲੱਗਾ ਕੀ ਇਹਨਾਂ ਨੇ ਕੀਤਾ, ਕੀ ਹੋਇਆ। ਬਸ ਵੀ ਉਹ ਘਰੋਂ ਆ ਕੇ ਦੁਕਾਨ 'ਤੇ ਚਲ ਗਿਆ ਵਾ, ਇੰਨਾ ਹੀ ਪਤਾ। ਕੀ ਕਾਰਨ ਕੀ ਹੋਇਆ ਪਤਾ ਲੱਗਾ, ਕੁਛ ਗੱਲ ਕੀ ਹੋਈ ਆ? ਕਾਰਨ ਕੁਛ ਵੀ ਨਹੀਂ, ਸ਼ਰਾਬ ਨਾਲ ਰੱਜਿਆ ਪਿਆ ਮੁੰਡਾ, ਕੁੜੀ ਦੀ ਗੱਲ ਸੀਗੀ। ਇਹਨਾਂ ਨੇ ਕਿਹਾ ਵੀ ਆਪਣੀ ਧੀ ਨੂੰ ਬਚਾ ਕੇ ਦੱਸੋ, ਬਸ ਹੋਰ ਕੋਈ ਗੱਲ ਨਹੀਂ। ਸ਼ਰਾਬ ਨਾਲ ਕੌਣ ਰੱਜਿਆ ਸੀ? ਮੁੰਡਾ ਵੱਡਾ ਰੱਜਿਆ ਪਿਆ ਸ਼ਰਾਬ। ਇਹ ਕਿਹਦਾ ਜੀ? ਭੀਮੇ ਦਾ। ਅੱਛਾ ਜੀ। ਰੱਜਿਆ ਪਿਆ ਸੀ ਮੁੰਡਾ ਸ਼ਰਾਬ ਨਾਲ, ਗੰਡਾ ਸੈਨਾ ਐਂ ਕਰਕੇ ਕੁੱਟਿਆ, ਅਤੇ ਮੈਂ ਮੁੰਡਾ ਫੜਨ ਲੱਗੀ, ਉਹ ਮੁੰਡੇ ਨੂੰ ਢਾਲਿਆ, ਫਿਰ ਇਹਨਾਂ ਨੇ ਲੰਮੇ ਪਾ ਕੇ, ਦੋਨਾਂ ਭਰਾਵਾਂ ਨੇ ਅਤੇ ਪਿਓ ਨੇ ਲੰਮੇ ਪਾਇਆ ਹੋਇਆ ਅਤੇ ਲੱਗੇ ਘਾ। ਹੋਰ ਕੋਈ ਵੀ ਨਹੀਂ ਸੀਗਾ, ਇਹ 4 ਜਣੇ ਸੀਗੇ, 5 ਜਣੇ, ਤਿੰਨੇ ਨਿਆਣੇ ਅਤੇ ਮਿਆਂ ਮੰਮੀ, ਮਾਂ ਪਿਓ, ਮਾਂ ਅਤੇ ਖਸਮ ਪਿਓ, ਮਾਂ ਅਤੇ ਪਿਓ। ਤੁਹਾਡੀ ਕੀ ਵਜ੍ਹਾ ਨੇ? ਮੇਰੇ ਉਹੀ ਟੋਆ ਜਿਹਾ ਖਰੇ ਕੀ, ਬਹੁਤ ਭਾਰੀ ਚੀਜ਼ ਸੀ ਨੀਲੇ ਰੰਗ ਦੀ, ਉਹ ਮਾਰੀ ਆ ਮੇਰੀ ਬਾਹ। ਕਿਹਨਾਂ ਨੇ ਮਾਰੀ ਤੁਹਾਡੀ? ਵੱਡੇ ਮੁੰਡੇ ਨੇ ਅਤੇ ਛੋਟੇ ਮੁੰਡੇ ਨੇ ਦੋਨਾਂ ਨੇ। ਕੱਲ ਮੇਰੀ 10-10 ਇਹ 2020 ਨੂੰ ਪੀੜਾ ਬਾਜ਼ਾਰ ਸ਼ਾਹਕੋਟ ਵਿਖੇ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ, ਜਿਨ੍ਹਾਂ ਵਿੱਚ ਤੇ ਦੋ ਇੱਕ ਔਰਤ ਦੋ ਨੌਜਵਾਨਾਂ ਦੇ ਸੱਟਾਂ ਲੱਗੀਆਂ ਸੀ, ਜੋ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਹੋਏ ਸੀਗੇ, ਜਿਨ੍ਹਾਂ ਵਿੱਚੋਂ ਦੋਨਾਂ ਨੂੰ ਸਿਵਲ ਹਸਪਤਾਲ ਜਲੰਧਰ ਦਾ ਰੈਫਰ ਕਰ ਦਿੱਤਾ ਗਿਆ ਵਾ, ਇੱਕ ਔਰਤ ਜੇਰੇ ਲਾਇਆ। ਅੱਜ ਮਨ ਐਸਆਈ ਸਮੇਤ 7 ਜਾ ਰਹੀਆਂ ਸਿਵਲ ਹਸਪਤਾਲ ਪੁੱਜਾ ਵਾ, ਜੋ ਕਿ ਉਹ ਡਾਕਟਰ ਸਾਹਿਬ ਨੇ ਲਿਖਤੀ ਦਿੱਤਾ ਵਾ ਕਿ ਵੀ ਉਹਨਾਂ ਦੋ ਨੌਜਵਾਨਾਂ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ, ਅਤੇ ਔਰਤ 'ਚ ਨੇ ਨੂੰ ਬਿਆਨ ਲੈਣ ਲਈ ਕਿਹਾ ਗਿਆ, ਜਿਸ ਨੇ ਔਰਤ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਦੀ ਐਕਸਰੇ ਰਿਪੋਰਟ ਆਉਣੀ ਅਜੇ ਆਉਣੀ ਬਾਕੀ ਆ। ਐਕਸਰੇ ਰਿਪੋਰਟ ਆਉਣ ਤੋਂ ਬਾਅਦ ਬਿਆਨ ਹਾਸਲ ਕਰਨ ਤੋਂ ਬਾਅਦ ਜੈਸੀ ਤੂਸ ਤੋਂ ਕੀ ਵੈਸੀ ਕਾਰਵਾਈ ਅਮਲ ਵਿੱਚ ਲਿਆਉਣੀ ਆ। ਬਸ ਸ਼ਾਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।